ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਤੇ ਵਿੰਨੇ ਨਿਸ਼ਾਨੇ। ਕਿਹਾ ਕੇਜਰੀਵਾਲ ਦਿੱਲੀ ਦੀਆਂ ਚੋਣਾਂ ਜਿੱਤਣ ਲਈ ਕਰ ਰਹੇ ਨੇ ਡਰਾਮੇ, ਕਾਂਗਰਸ ਤੇ ਵੀ ਵਾਅਦਾ ਖਿਲਾਫੀ ਦੇ ਇਲਜ਼ਾਮ। ਕਿਹਾ ਇੱਕ ਵੀ ਵਾਅਦਾ ਨਹੀਂ ਕੀਤਾ ਪੂਰਾ। ਮੁੱਖ ਮੰਤਰੀ ਪੰਜਾਬ ਵੱਲੋਂ 6 ਵਿਧਾਇਕਾਂ ਨੂੰ ਦੇ ਦਿੱਤੇ ਜਾਣ ਤੇ ਵੀ ਚੁੱਕੇ ਸਵਾਲ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਇੰਦਰ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਮ ਆਦਮੀ ਪਾਰਟੀ ਵੱਲੋਂ ਧਰਨੇ ਸ਼ੁਰੂ ਕੀਤੇ ਜਾਣ ਨੂੰ ਲੈ ਕੇ ਸਿਰਫ ਕੇਜਰੀਵਾਲ ਦਾ ਡਰਾਮਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਕੋਈ ਵੀ ਕੰਮ ਨਹੀਂ ਕੀਤਾ, ਇਸ ਕਰਕੇ ਲੋਕਾਂ ਦਾ ਧਿਆਨ ਭਟਕਾਉਣ ਲਈ ਇਹ ਸਭ ਡਰਾਮਾ ਕਰ ਰਿਹਾ ਹੈ। ਨਾਲ ਹੀ ਮੁੱਖ ਮੰਤਰੀ ਪੰਜਾਬ ਵੱਲੋਂ ਲੋਕਾਂ ਨਾਲ ਕੀਤਾ ਵਾਅਦਾ ਖਿਲਾਫੀ ਨੂੰ ਲੈ ਕੇ ਕਿਹਾ ਕਿ ਉਹਨੇ ਕੋਈ ਵੀ ਕੰਮ ਨਹੀਂ ਕੀਤਾ। ਉਧਰ ਸੁਨੀਲ ਜਾਖੜ ਦੇ ਅਸਤੀਫੇ ਨੂੰ ਲੈ ਕੇ ਉਹਨਾਂ ਇਹ ਵੀ ਕਿਹਾ ਕਿ ਇਹ ਸਿਰਫ ਇੱਕ ਡਰਾਮਾ ਸੀ, ਸਿਰਫ ਪ੍ਰਧਾਨਗੀ ਬਚਾਉਣ ਲਈ ਸੁਨੀਲ ਜਾਖੜ ਨੇ ਇਹ ਡਰਾਮਾ ਰਚਿਆ ਸੀ, ਕਿਉਂਕਿ ਇੱਕ ਪ੍ਰਧਾਨ ਦਾ ਲੋਕ ਸਭਾ ਸੀਟ ਹਾਰਨਾ ਬਹੁਤ ਸ਼ਰਮਨਾਕ ਗੱਲ ਹੈ। ਨਾਲ ਉਹਨਾਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ 6 ਵਿਧਾਇਕਾਂ ਨੂੰ ਅਹੁਦੇ ਦਿੱਤੇ ਜਾਣ ਨੂੰ ਲੈ ਕੇ ਸਵਾਲ ਖੜੇ ਕੀਤੇ। ਉਹਨਾਂ ਕਿਹਾ ਕਿ ਇਸ ਦੀ ਲੋੜ ਨਹੀਂ ਸੀ, ਸਿਰਫ ਕੈਪਟਨ ਨੇ ਉਹਨਾਂ ਨੂੰ VIP ਟ੍ਰੀਟਮੈਂਟ ਦੇਣ ਲਈ ਇਹ ਅਹੁਦੇ ਨਵਾਜੇ ਨੇ। ਨਾਲ ਹੀ ਇਹਨਾਂ ਵਿਧਾਇਕਾਂ ਨੇ ਭਾਵੇਂ ਪੱਤੇ ਲੈਣ ਤੋਂ ਇਨਕਾਰ ਕਰ ਦਿੱਤਾ ਪਰ VIP ਟ੍ਰੀਟਮੈਂਟ ਲੈਣ ਲਈ ਇਹ ਅਹੁਦੇ ਹਾਸਲ ਕੀਤੇ। ਦੇਖੋ ਸਾਰੇ ਵਾਅਦੇ ਜਿਹੜੇ ਕੀਤੇ ਉਦੋਂ ਕੈਪਟਨ ਸਰਕਾਰ ਮੁੱਕਦੀ, ਸਾਰੇ ਇੱਕ ਨਹੀਂ। ਅਤੇ ਮੈਨੂੰ ਦੇਖੋ ਇਦੋਂ ਵੀ ਮੈਂ ਸਮਝਦਾ ਕਿ ਢੀਠ ਸਰਕਾਰ ਨਹੀਂ ਦੇਖੀ। ਅੱਜ ਮੈਂ ਕਿਸੇ ਅਖਬਾਰ 'ਚ ਪੜ੍ਹਿਆ, ਕਹਿੰਦੇ 161 'ਚੋਂ 141 ਵਾਅਦੇ ਪੂਰੇ ਕਰਦੇ, ਜਦ ਕਿ ਅਸਲੀਅਤ ਇਹ ਹੈ ਕਿ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ। ਇੱਕ ਵੀ ਵਾਅਦਾ ਘਰ ਘਰ ਨੌਕਰੀ, 2,500 ਬੇਰੁਜ਼ਗਾਰੀ ਭੱਤਾ, 50 ਲੱਖ ਸਮਾਰਟਫੋਨ। ਹੁਣ ਜਿਹੜਾ ਸਮਾਰਟਫੋਨ ਦਾ ਡਰਾਮਾ ਕੀਤਾ ਉਹ ਆ ਬਾਈ ਇਲੈਕਸ਼ਨਾਂ ਕਰਕੇ ਕੀਤਾ, ਪੋਲੀਟੀਕਲ ਕਰਪਸ਼ਨ ਦੇਣ ਦਾ, ਇਹ ਨਾਰਾ ਲੈਣ ਦਾ। ਅਤੇ ਇਹ ਦੇਖੋ ਤੁਸੀਂ ਕਿੰਨੀ ਸੋਹਣੀ ਗੱਲ ਕਹੀ ਹੈ, ਕਿਉਂਕਿ ਕਹਿੰਦਾ ਦਿਵਾਲੀ ਤੋਂ ਸ਼ੁਰੂ ਕਰਾਂਗੇ, ਉਦੋਂ ਪਹਿਲਾਂ ਇਲੈਕਸ਼ਨ ਹੋ ਜਾਣੀ ਹੈ। ਸੋ ਇੱਕ ਬੁਰਕੀ ਸੁੱਟਤੀ ਕਿ ਅਸੀਂ ਇਹ ਵੀ ਕਮਿਟਮੈਂਟ ਕਰਾਂਗੇ। ਹਾਂ, ਜੇ ਵਾਕੇ ਇਮਾਨਦਾਰ ਨੇ, 50 ਲੱਖ ਨੌਜਵਾਨਾਂ ਤੋਂ ਇਹਨਾਂ ਨੇ ਫਾਰਮ ਫਿਲ ਕਰਾਏ ਸੀਗੇ ਫੋਰ ਸਮਾਰਟਫੋਨਸ, ਦੇਣ 50 ਲੱਖ। ਜੇ 5,000 ਦੇਤਾ, ਕਿਉਂਕਿ ਹੁਣ ਜੋ ਪਿੱਛੇ ਪੜ੍ਹਿਆ ਸੀ ਇਹਨਾਂ ਨੇ ਸ਼ਰਤ ਲਾ ਦਿੱਤੀ ਕਿ ਉਹਦੇ ਕੋਲ ਪਹਿਲਾਂ ਫੋਨ ਨਹੀਂ ਹੋਣਾ ਚਾਹੀਦਾ, ਉਹਦਾ 1 GB ਡਾਟਾ ਮਿਲਿਆ ਕਰੂਗਾ, ਸਾਰੀਆਂ ਗੱਲਾਂ ਮਤਲਬ ਇਹ ਲਾਤੀਆਂ ਸੀਗੀਆਂ ਕਿ ਪ੍ਰੈਕਟੀਕਲੀ ਇੰਪੋਸੀਬਲ ਹੋ ਜਾਵੇ 500-700 ਤੋਂ ਬਾਅਦ ਇਹਨਾਂ ਨੂੰ ਫੋਨ ਨਾ ਦੇਣਾ ਪਵੇ। ਕੁੱਲ ਮਿਲਾ ਕੇ ਕਹਿ ਸਕਦੇ ਕਿ ਪੰਜਾਬ ਸਰਕਾਰ ਨੇ ਊਂਠ ਦੇ ਮੂੰਹ 'ਚ ਸਿਰਫ ਜੀਰਾ ਦਿੱਤਾ। ਊਂਠ ਦੇ ਮੂੰਹ 'ਚ ਜੀਰਾ ਵੀ ਨਹੀਂ ਦਿੱਤਾ, ਉਹ ਵੀ ਮਾੜਾ ਮੋਟਾ ਤਾਂ ਹੁੰਦਾ। ਊਂਠ 'ਚ ਇਹਨਾਂ ਨੇ ਕੁਛ ਵੀ ਨਹੀਂ ਦਿੱਤਾ, ਖੁਲਵਾ ਦਿੱਤਾ ਕਿ ਆਹ ਅਸੀਂ ਕਰ ਸਕਦੇ ਹਾਂ। ਜਿਵੇਂ ਕਿਸਾਨੀ ਦਾ ਕਰਜ਼ਾ ਮਾਫ਼ ਕਰਨ ਦੀ ਗੱਲ ਕੀਤੀ ਸੀ, ਉਦੋਂ ਬਾਅਦ 3 ਤੋਂ 4 ਕਿਸਾਨ ਰੋਜ਼ ਸੁਇਸਾਈਡ ਕਮਿਟ ਕਰ ਰਹੇ ਨੇ। ਸੋ ਜਿਸ ਤਰ੍ਹਾਂ ਨੀਲੇ ਕਾਰਡਾਂ 'ਤੇ ਖੰਡ, ਘਿਓ ਅਤੇ ਚਾਹ ਪੱਤੀ ਦੀ ਗੱਲ ਕੀਤੀ ਸੀਗੀ, ਖੋ ਦਾਲ ਵੀ ਲਈ, ਉਹ ਗੱਲਾਂ ਨੇ ਇਹਨਾਂ ਦੀਆਂ। ਪ੍ਰੈਕਟੀਕਲੀ ਇਹਨਾਂ ਨੇ ਲੋਕਾਂ ਨਾਲ ਬਹੁਤ ਵੱਡਾ ਧੋਖਾ ਕੀਤਾ। ਸਰ, ਦਿੱਲੀ ਦੇ ਵਿੱਚ ਔਡ ਈਵਨ ਫਿਰ ਲਾਗੂ ਹੋਣ ਜਾ ਰਿਹਾ 4 ਤੋਂ 15। ਦੇਖੋ ਮੈਂ ਇੱਕ ਗੱਲ ਕਹਾਂ ਕਿ ਸ਼੍ਰੀ ਕੇਜਰੀਵਾਲ ਜੀ ਬਹੁਤ ਵੱਡੇ ਡਰਾਮਾਟਿਸਟ ਨੇ, ਅਤੇ ਉਹ ਆਉਣ ਵਾਲੀ ਫਰਵਰੀ ਦੀਆਂ ਚੋਣਾਂ ਦੇ ਲਈ ਮੈਦਾਨ ਤਿਆਰ ਕਰਦੇ ਪਏ ਆ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਜਿਹੜੀਆਂ ਗੱਲਾਂ 'ਤੇ ਲੋਕਾਂ ਨੇ ਉਹਨਾਂ ਨੂੰ ਘੇਰਨਾ, ਦਿੱਲੀ 'ਚ ਪੋਲਿਊਸ਼ਨ, ਘਰਾਂ ਵਿੱਚ ਪੀਣ ਵਾਲਾ ਪਾਣੀ ਨਾ ਮਿਲਣਾ, ਦਿੱਲੀ ਵਿੱਚ ਸੜਕਾਂ 'ਤੇ ਕੈਮਰੇ ਨਾ ਲੱਗਣੇ, ਫ੍ਰੀ ਵਾਈਫਾਈ ਨਾ ਮਿਲਣਾ। ਸੋ ਉਹਨਾਂ ਨੇ ਹੁਣ ਇਹ ਡਰਾਮੇ ਫਰਵਰੀ ਤੱਕ ਖੇਡਣੇ ਨੇ। ਇਹ ਪੁੱਛਿਆ ਜਾਵੇ ਕਿ ਇੱਕ ਪਾਸੇ ਉਹਨਾਂ ਦੀ ਸਰਕਾਰ ਕਹਿ ਰਹੀ ਹੈ ਕਿ ਅਸੀਂ 25% ਪੋਲਿਊਸ਼ਨ ਘੱਟ ਕਰ ਦਿੱਤਾ, ਅਤੇ ਜੇ 25% ਪੋਲਿਊਸ਼ਨ ਘੱਟ ਕਰ ਦਿੱਤਾ ਹੈਗਾ ਫਿਰ ਕੀ ਲੋੜ ਹੈ ਇਹ ਬੈਨ ਲਾਉਣ ਦੀ। ਅਸਲੀਅਤ ਇਹ ਹੈ ਕਿ ਪੋਲਿਊਸ਼ਨ ਕੋਈ ਘੱਟ ਨਹੀਂ ਹੋਇਆ, ਇਹ ਇੱਕ ਮੈਸੇਜ ਦੇਣ ਦੀ ਗੱਲ ਕੀਤੀ ਹੈ ਕਿ ਸਰਕਾਰ ਆਪਣੀ ਗੱਲ 'ਤੇ ਸੁਚੇਤ ਹੈ। ਮੈਂ ਸਮਝਦਾ ਕਿ ਜਿਹੜੇ ਇਹਨਾਂ ਦੇ ਟਾਈਮਿੰਗਸ ਹੈ ਉਹ ਟੋਟਲੀ ਗਲਤ ਨੇ। ਫੈਸਟਿਵ ਸੀਜ਼ਨ ਹੈ,
12 ਨਵੰਬਰ ਨੂੰ 550ਵਾਂ ਗੁਰਪੁਰਬ ਆ ਪਹਿਲੇ ਪਾਤਸ਼ਾਹ ਦਾ, ਜਿਹਨੂੰ ਦੁਨੀਆ ਭਰ ਵਿੱਚ ਬੜੀ ਸ਼ਾਨੋ ਸ਼ੌਕਤ ਨਾਲ ਮਨਾਇਆ ਜਾਂਦਾ ਹੈ। ਉਸ ਦੇ ਮਨਾਉਣ ਦੇ ਸੰਬੰਧ ਵਿੱਚ 1 ਤਰੀਕ ਤੋਂ ਸਮਾਗਮ ਸ਼ੁਰੂ ਹੋ ਰਹੇ ਨੇ ਹਰ ਥਾਂ 'ਤੇ। ਅਤੇ ਉਹ ਜਦ ਵਹੀਕਲਸ 'ਤੇ ਰਿਸਟ੍ਰਿਕਸ਼ਨ ਲਾਊਗੀ ਇੱਕ ਤਰ੍ਹਾਂ ਦਾ, ਇਹਨਾਂ ਨੇ ਮਤਲਬ ਉਹਨਾਂ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਹੜਾ ਬਹੁਤ ਗਲਤ ਫੈਸਲਾ। ਅਤੇ ਅਕਾਲੀ ਦਲ ਇਸ ਗੱਲ ਦੀ ਬੜੇ ਸਖ਼ਤ ਸ਼ਬਦਾਂ 'ਚ ਨਿੰਦਿਆ ਕਰਦੇ। ਸਰ, ਜਿਹੜੇ MLA ਲਗਾਏ ਗਏ ਨੇ ਵਿਧਾਇਕ, ਦੇਖੋ ਇੱਦੋਂ ਵੱਡੀ ਪੋਲੀਟੀਕਲ ਕਰਪਸ਼ਨ ਨਹੀਂ ਕੋਈ ਹੋ ਸਕਦੀ, ਕਿਉਂਕਿ ਜਿਹੜੇ ਇਲੈਕਟਡ ਰਿਪ੍ਰੈਜੈਂਟੇਟਿਵ ਨੇ ਨਾ ਜੀ, ਉਹ ਇਲੈਕਟਡ ਰਿਪ੍ਰੈਜੈਂਟੇਟਿਵ ਅੰਡਰ ਦੀ ਰੂਲਸ MLA ਦਾ ਪ੍ਰੋਟੋਕਾਲ ਵਿੱਚ ਸਟੇਟਸ ਮੋਰ ਦੈਨ ਚੀਫ ਸੈਕਟਰੀ ਹੈ। ਅਤੇ ਉਹਨਾਂ ਨੂੰ ਇਹ ਅਹੁਦੇ ਦੇਣ ਦੀ ਕੋਈ ਲੋੜ ਨਹੀਂ ਹੁੰਦੀ MLAs ਨੂੰ ਕਿ ਤੁਸੀਂ ਉਹਨਾਂ ਨੂੰ ਚੇਅਰਮੈਨ ਲਾਓ ਜਾਂ ਉਹਨਾਂ ਨੂੰ ਤੁਸੀਂ ਇਹ ਚੀਜ਼ਾਂ ਕਰੋ। ਉਹਨਾਂ ਨੂੰ ਆਲਰੇਡੀ ਇੱਕ ਸਿਕਿਉਰਿਟੀ ਲਈ ਕਾਰ ਮਿਲੀ ਹੁੰਦੀ ਹੈ, 3 ਗਨਮੈਨ ਮਿਲੇ ਹੁੰਦੇ ਨੇ, ਪੱਤੇ ਬੜੇ ਵਧੀਆ ਨੇ, ਉਹਨਾਂ ਦੀ ਜਿਹੜੀ ਮੰਥਲੀ ਸੈਲਰੀ ਆ ਉਹ ਬੜੀ ਵਧੀਆ ਹੈਗੀ ਹੈ। ਇਹ ਸਿਰਫ ਪੋਲੀਟੀਕਲ ਕਰਪਸ਼ਨ ਕੀਤੀ ਗਈ ਹੈ, ਕਿਉਂਕਿ ਇਹਦੇ ਨਾਲ ਹੋ ਕੀ ਹੋ ਜਾਂਦੀ ਹੈ ਕੌਂਸਲੇਸ਼ਨ। ਇਹ MLA ਨੂੰ ਹੁਣ ਇੱਕ ਇੱਕ ਕਮਰਾ ਪੰਜਾਬ ਸਕੱਤਰੇਤ 'ਚ ਵੀ ਮਿਲ ਜੂਗਾ, ਇੱਕ PA, ਇੱਕ ਸਟੈਨੋ, 2 ਸੇਵਾਦਾਰ, 1 ਸੈਕਟਰੀ ਮਿਲ ਜੂਗਾ। ਇਹਨਾਂ ਨੇ ਇਹ ਤਾਂ ਬੜੀ ਸਿਆਣੀ ਗੱਲ ਕਹੀ ਹੈ ਕਿ ਅਸੀਂ ਇਸ ਅਹੁਦੇ ਦੇ ਪੱਤੇ ਨਹੀਂ ਲਵਾਂਗੇ, ਕਿਉਂਕਿ ਵੱਧੋ ਵੱਧ ਐਡਵਾਈਜ਼ਰ ਹੈ ਜਿਹੜਾ, ਉਹ ਐਡਵਾਈਜ਼ਰ ਨੂੰ ਪਤਾ ਨਹੀਂ, ਸਾਡੇ ਵੇਲੇ ਤਾਂ ਅਸੀਂ 30,000 ਹੀ ਦਿੰਦੇ ਸੀ MLA ਸੈਲਰੀ ਸੀ ਜਿਹੜੀ ਐਡਵਾਈਜ਼ਰ ਦੀ। ਹੁਣ ਇਹਨਾਂ ਨੇ ਆਪਣੇ ਐਡਵਾਈਜ਼ਰਸ ਨੂੰ 1.25 ਲੱਖ ਦਿੱਤੀ ਹੋਈ ਹੈ, ਅਤੇ ਜੇ 1.25 ਲੱਖ ਵੀ ਦੇਣ ਤਾਂ MLA ਦੀ ਜਿਹੜੀ ਮੰਥਲੀ ਇਨਕਮ ਹੈ ਸਾਰੀ ਉਹ ਤਕਰੀਬਨ 1.5 ਲੱਖ ਆਉਂਦੀ ਹੈ। ਨਾਲੇ ਸਾਰੇ ਜਿਹੜੇ ਬੰਦੇ ਆ ਫਾਈਨੈਂਸ਼ਲੀ ਬੜੇ ਅਮੀਰ ਲੋਕ ਨੇ, ਬੜੇ ਕਮਾਏ ਹੋਏ ਨੇ ਇਹਨਾਂ ਦੇ ਪੈਸੇ, ਇਹਨਾਂ ਨੂੰ ਪੱਤੇ ਨਹੀਂ ਸੀ, ਇਹਨਾਂ ਨੂੰ ਸਟੇਟਸ ਸੀ, ਅਤੇ ਇਹਨਾਂ ਨੂੰ ਜਿਹੜੀ ਹਵਾ ਹੁੰਦੀ ਆ ਇੱਕ ਅਹੁਦੇ ਦੀ ਉਹ ਆਨੰਦ ਮਾਣ ਦੀ ਲੋੜ ਸੀ ਕਿ ਕੈਬਨਿਟ ਲੱਗੂਗਾ। ਸੋ ਇਸ ਕਰਕੇ ਆ ਮੈਂ ਸਮਝਦਾ ਕਿ ਇਹ ਤੋਂ ਵੱਡੀ ਪੋਲੀਟੀਕਲ ਕਰਪਸ਼ਨ ਕਿਉਂ ਨਹੀਂ ਹੋ ਸਕਦੀ, ਕਿਉਂਕਿ ਸੁਪਰੀਮ ਕੋਰਟ ਨੇ ਇੱਕ ਵਾਰੀ ਨਹੀਂ ਅਨੇਕਾਂ ਵਾਰੀ ਜੱਜਮੈਂਟ ਦਿੱਤੀ ਹੈ ਕਿ ਜਿਹੜੇ ਇਲੈਕਟਡ ਰਿਪ੍ਰੈਜੈਂਟੇਟਿਵ ਆ ਉਹ ਆਫਿਸ ਆਫ ਪ੍ਰੋਫਿਟ ਨਹੀਂ ਰੱਖ ਸਕਦੇ, ਐਂਡ ਇਟ ਅਮਾਊਂਟਸ ਟੂ ਆਫਿਸ ਆਫ ਪ੍ਰੋਫਿਟ, ਜਿਹਦੇ ਕਰਕੇ ਚੀਫ ਪਾਰਲੀਮੈਂਟਰੀ ਸੈਕਟਰੀਆਂ ਜਿਹਦੀਆਂ ਅਪੁਆਇੰਟਮੈਂਟਸ ਉਹਨਾਂ ਨੇ ਕੁਐਸ਼ ਕੀਤੀਆਂ ਸੀਗੀਆਂ, ਬਿਲਕੁਲ ਇਹੋ ਹੀ ਚੀਜ਼ ਹੈ। ਅਤੇ ਮੇਰਾ ਖਿਆਲ ਆ ਕਿ ਆਈ ਐਮ ਟੋਲਡ ਕਿ ਕਿਸੇ ਨੇ ਕਿ ਚੈਲੇਂਜ ਵੀ ਕੀਤਾ ਕਿ ਜੁਡੀਸ਼ੀਅਲ ਸਕਰੂਟਨੀ ਵਿੱਚ ਖੜਨਾ ਨਹੀਂ ਹੈ। ਇਨਡਾਇਰੈਕਟਲੀ ਸਰ, ਹਾਥੀ ਦੇ ਦੰਦ, ਹਾਂ, ਦਿਖਾਉਣ ਨੂੰ ਹੋਰ, ਖਾਣ ਨੂੰ ਹੋਰ, ਹਾਥੀ ਦੇ ਦੰਦ ਤਾਂ ਉਹੀ ਹੈ ਜੀ, ਦਿਖਾਉਣ ਨੂੰ ਹੋਰ ਤੇ ਖਾਣ ਨੂੰ ਹੋਰ। ਸੀਵਨ ਨਿਊਜ਼ ਦੇ ਲਈ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ।